ਚਾਈਨਾ ਜਿਹੜਾ ਹੈ ਪਾਕਿਸਤਾਨ ਦੀ ਆਰਥਿਕ ਮਦਦ ਕਰਨ ਦੇ ਲਈ ਅੱਗੇ ਆਇਆ ਹੈਗਾ। ਚਾਈਨਾ ਨੇ 6 ਬਿਲੀਅਨ ਦੀ ਜਿਹੜੀ ਏਡ ਹੈ ਉਹ ਪਾਕਿਸਤਾਨ ਨੂੰ ਜਿਹੜਾ ਕਰਨ ਦਾ ਐਲਾਨ ਕੀਤਾ ਹੈਗਾ। ਅਵਤਾਰ ਸਿੰਘ ਜੀ ਕੀ ਕਹੋਗੇ, ਮਤਲਬ ਪਾਕਿਸਤਾਨ ਦੇ ਹਾਲਾਤ ਆਰਥਿਕ ਤੌਰ 'ਤੇ ਇੰਨੇ ਚੰਗੇ ਨਹੀਂ ਸਨ ਭਾਵੇਂ ਕਿ ਉੱਥੇ ਸਰਕਾਰ ਨਵੀਂ ਆਈ ਹੈ, ਪਰ ਫਿਰ ਵੀ ਜਿਹੜਾ ਆਰਥਿਕ ਤੌਰ 'ਤੇ ਜਿਹੜਾ ਹੈ ਕਾਫੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸਨ? ਇੱਕ ਤਾਂ ਇਹ ਹੈ ਵੀ ਹਾਲੇ ਨਵੀਂ ਸਰਕਾਰ ਹੈ, ਬਿਲਕੁਲ ਉਹਨੂੰ ਕੁਛ ਨਾ ਕੁਛ ਟਾਈਮ ਤਾਂ ਲੱਗੇਗਾ ਇਕਾਨਮੀ ਨੂੰ ਠੀਕ ਕਰਦਿਆਂ, ਕਿਉਂਕਿ ਜਿਸ ਕਿਸਮ ਦਾ ਸਿਸਟਮ ਆਪਣੇ ਵਰਗਾ ਹੀ ਆ ਉੱਥੇ ਵੀ ਕਰਪਸ਼ਨ ਪੂਰੀ ਤਰ੍ਹਾਂ ਹੈਗੀ ਆ ਵੀ, ਅਤੇ ਬੜਾ ਕੁਛ ਤੁਸੀਂ ਦੇਖੋ ਵੀ ਪਿਛਲੇ ਦਿਨੀ ਨਾ ਇੰਗਲਿਸ਼ ਟ੍ਰਿਬਿਊਨ 'ਚ ਇੱਕ ਖਬਰ ਲੱਗੀ ਹੈਗੀ ਆ। ਅੱਛਾ ਜੀ, ਪਾਕਿਸਤਾਨਸ ਪੈਨੀਲੈਸ ਬਿਲੀਅਨੀਅਰਸ। ਉੱਥੇ ਕੀ ਹੋਇਆ, ਜਿਹੜੇ ਬਹੁਤ ਗਰੀਬ ਲੋਕ ਨੇ ਨਾ ਉਹਨਾਂ ਦੇ ਨਾਂ 'ਤੇ ਬੈਂਕ ਅਕਾਊਂਟ ਪਤਾ ਨਹੀਂ ਕਿਹਨੇ ਖੁਲਾ ਲਏ, ਜਿਹੜੇ ਰਿਕਸ਼ਾ ਚਲਾਉਂਦੇ ਨੇ ਜਾਂ ਰੇਹੜੀਆਂ ਲਾਉਂਦੇ ਨੇ, ਹੈ ਨਾ, ਉਹਨਾਂ ਦੇ ਨਾਂ 'ਤੇ ਬੈਂਕ ਅਕਾਊਂਟ ਖੁੱਲ੍ਹੇ 22 ਬਿਲੀਅਨ ਅਮੈਰੀਕਨ ਡਾਲਰ। 22 ਬਿਲੀਅਨ ਅਮੈਰੀਕਨ ਡਾਲਰ ਉਹ ਟ੍ਰਾਂਸਫਰ ਹੋਏ ਬੈਂਕ ਅਕਾਊਂਟ 'ਚ, ਉਸ ਰਿਕਸ਼ਾ ਚਲਾਉਣ ਵਾਲੇ ਦੇ ਅਕਾਊਂਟ 'ਚ, ਤੇ ਮੁੜ ਕੇ ਉੱਥੋਂ ਅਮਰੀਕਾ ਜਾਂ ਹੋਰ ਕਿਸੇ ਮੁਲਕ ਨੂੰ ਟ੍ਰਾਂਸਫਰ ਹੋ ਗਏ, ਤੇ ਪੁਲਿਸ ਉਹ ਰਿਕਸ਼ੇ ਵਾਲੇ ਦੇ ਘਰ ਆ ਵੜੀ ਵੀ ਤੇਰੇ ਖਾਤੇ 'ਚ ਪੈਸੇ ਆਏ ਆ। ਉਹ ਵਿਚਾਰਾ ਭੱਜਿਆ ਫਿਰੇ ਪੁਲਿਸ ਨੂੰ ਦੇਖ ਕੇ, ਹੈ ਨਾ, ਵੀ ਇਹ ਕੀ ਹੋ ਗਿਆ, ਯਾਨੀ ਪੈਨੀਲੈਸ ਬਿਲੀਅਨੀਅਰਸ। ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਕਰਪਸ਼ਨ ਉੱਥੇ ਚੱਲ ਰਹੀ ਹੈ ਵੀ ਗਰੀਬ ਜਿਹੜੇ ਛੋਟ ਜਨਤਾ ਰਿਕਸ਼ੇ ਰੇਹੜੀਆਂ ਵਾਲੇ ਉਹਨਾਂ ਦੇ ਨਾਂ 'ਤੇ, ਸੋ ਕਰਪਸ਼ਨ ਉੱਥੇ ਬਹੁਤ ਜ਼ਿਆਦਾ ਆ। ਹੁਣ 22 ਬਿਲੀਅਨ ਤੁਸੀਂ ਦੇਖੋ, ਹੈ ਨਾ, ਵੀ ਕਿੰਨਾ ਕਿੰਨੇ ਆ ਰਹੇ ਸੀਗੇ ਸਿਸਟਮ 'ਚੋਂ ਵੀ ਉਹ ਪੈਸੇ ਆ ਜਿਹੜੇ ਅੱਗੇ ਟ੍ਰਾਂਸਫਰ ਹੋਏ ਆ। ਸੋ ਇਸ ਲਈ ਜਿਹੜੀ ਇਕਾਨਮੀ ਆ ਉੱਥੇ ਵੀ ਕਰਪਟ ਪ੍ਰੈਕਟਿਸਿਸ ਕਰਕੇ ਕੁਛ ਲੋਕਾਂ ਦੇ ਹੱਥਾਂ ਵਿੱਚ ਹੋਈ ਹੋਈ ਹੈ, ਅਤੇ ਚਾਈਨਾ ਨੇ ਕਿਉਂਕਿ ਉੱਥੇ ਇਨਵੈਸਟਮੈਂਟ ਬਹੁਤ ਕੀਤੀ ਹੈ ਗਵਾਦਰ ਪੋਰਟ 'ਤੇ ਔਰ ਹੋਰ, ਕਿਉਂਕਿ ਚਾਈਨਾ ਨੇ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਇਕਨੋਮਿਕਲੀ ਉਹਦੇ ਡਿਵੈਲਪਮੈਂਟ ਦੇ ਮਾਮਲੇ 'ਤੇ ਜਾਂ ਹੋਰ ਸਾਰੇ ਕੁਛ ਲਈ ਇੱਕ ਤਰ੍ਹਾਂ ਨਾਲ ਉਸੇ ਤਰ੍ਹਾਂ ਕਬਜ਼ੇ 'ਚ ਲੈ ਲਿਆ ਜਿਸ ਤਰ੍ਹਾਂ ਅਫਰੀਕਨ ਕੌਂਟੀਨੈਂਟ ਨੂੰ ਉਹਨੇ ਲਿਆ। ਬਹੁਤ ਸਾਰੀ ਵੱਡੀ ਇਨਵੈਸਟਮੈਂਟ ਆ ਜਿਹੜੀ ਚਾਈਨਾ ਨੇ ਕੀਤੀ ਹੈ, ਅਤੇ ਹੁਣ ਜੇ ਕਿਸੇ ਨਾ ਕਿਸੇ ਢੰਗ ਨਾਲ ਉੱਥੇ ਪੋਲੀਟੀਕਲ ਸਿਸਟਮ ਕੋਲਾਪਸ ਹੁੰਦਾ ਤਾਂ ਉਹਦੇ ਲਈ ਚਾਈਨਾ ਦੀ ਇਨਵੈਸਟਮੈਂਟ ਲਈ ਬਹੁਤ ਖਤਰਾ ਹੈ। ਸੋ ਚਾਈਨਾ ਨੇ ਆਪਣੀ ਇਨਵੈਸਟਮੈਂਟ ਨੂੰ ਬਚਾਉਣ ਲਈ ਲੌਂਗ ਟਰਮ ਦੇ ਜਿਹੜੇ ਲੋਨਸ ਨੇ ਇਸ ਤਰ੍ਹਾਂ ਕਰਕੇ 6 ਬਿਲੀਅਨ ਡਾਲਰ ਆ ਜਿਹੜੇ ਉਹ ਉਹਨਾਂ ਨੂੰ ਸਹਾਇਤਾ ਦੇਣ ਦਾ ਜਿੱਦਾਂ ਮੰਨਿਆ। ਵੈਸੇ ਉਹ ਲਗਾਤਾਰ ਵੈਸੇ ਵੀ ਦੇ ਰਿਹਾ, ਅਫਰੀਕਨ ਕੌਂਟੀਨੈਂਟ ਵਿੱਚ 120 ਬਿਲੀਅਨ ਡਾਲਰ ਦਿੱਤੇ ਉਹਨਾਂ ਨੇ, ਅਤੇ ਪਾਕਿਸਤਾਨ ਨੂੰ ਵੈਸੇ ਸਾਊਦੀ ਅਰੇਬੀਆ ਨੇ ਪਿਛਲੇ ਦਿਨੀ ਇਮਰਾਨ ਖਾਨ ਗਏ ਸੀ ਜਿਹੜੀ ਉੱਥੇ ਕਾਨਫਰੰਸ ਹੋਈ ਆ ਸਾਊਦੀ ਅਰੇਬੀਆ 'ਚ ਨਾ ਇਕਨੋਮਿਕ ਕਾਨਫਰੰਸ ਹੋਈ ਸੀ, ਉੱਥੇ 3 ਬਿਲੀਅਨ ਡਾਲਰ ਸਾਊਦੀ ਅਰਬ ਦੀ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਵੀ ਅਸੀਂ ਤੁਹਾਨੂੰ ਦੇਵਾਂਗੇ। ਸੋ ਜਿਹੜਾ ਮਨੀ ਦਾ ਜਿਹੜਾ ਗੈਪ ਹੈਗਾ ਜਿਹੜੀਆਂ ਦੇਣਦਾਰੀਆਂ ਦਾ ਅਤੇ ਲੈਣਦਾਰੀਆਂ ਦਾ, ਕਿਉਂਕਿ ਟੈਕਸ ਦਾ ਜਿਹੜਾ ਕਲੈਕਸ਼ਨ ਆ ਉਹ ਘੱਟ ਹੋ ਰਹੀ ਹੈ, ਦੇਣਦਾਰੀਆਂ ਮੁਲਕ ਦੀਆਂ ਜ਼ਿਆਦਾ ਜਾ ਰਹੀਆਂ, ਸੋ ਉਸ ਗੈਪ ਨੂੰ ਪੂਰਾ ਕਰਨ ਲਈ 3 ਬਿਲੀਅਨ ਡਾਲਰ ਸਾਊਦੀ ਅਰਬ ਨੇ ਦਿੱਤਾ ਅਤੇ 6 ਬਿਲੀਅਨ ਡਾਲਰ ਚਾਈਨਾ ਨੇ ਦਿੱਤਾ। ਉਹ ਜਸਟ ਉਹਦੀਆਂ, ਕਿਉਂਕਿ ਇਨਵੈਸਟਮੈਂਟ ਬਹੁਤ ਨੇ, ਸੋ ਪੋਲੀਟੀਕਲ ਸਟੇਬਿਲਿਟੀ ਆ ਜਿਹੜੀ ਇਨਵੈਸਟਮੈਂਟ ਲਈ ਬਹੁਤ ਜ਼ਰੂਰੀ ਹੈ, ਸੋ ਚਾਈਨਾ ਨੇ ਇਸ ਕਰਕੇ ਉਹਨੂੰ ਦਿੱਤਾ ਹੈ। ਬਿਲਕੁਲ ਜੀ।